ਸਰਕਾਰਾਂ ਤੋਂ ਹੱਲ ਹੀ ਨਹੀਂ ਹੋਇਆ ਨਾ ਹੀ ਸਰਕਾਰ ਚਾਹੁੰਦੀ ਸੀਗੀ ਵੀ ਇਸ ਚੀਜ਼ ਦਾ ਹੱਲ ਹੋ ਕਿਉਂਕਿ ਜਿਹੜੀ ਜਵਾਨੀ ਹੈ ਸਾਡੇ ਪੰਜਾਬ ਦੀ ਉਹ ਇਹਨਾਂ ਨੇ ਪਹਿਲੇ ਨਸ਼ੇ 'ਤੇ ਲਾ ਕੇ ਰੱਖੀ ਹੈ ਵੀ ਜਿੱਥੇ ਮਰਜ਼ੀ ਵੋਟ ਪਵਾ ਲਈਏ ਅਸੀਂ ਨਸ਼ਾ ਬਣ ਰਿਹਾ ਅਤੇ ਵੋਟਾਂ ਲੈ ਲਈਆਂ ਉਹ ਸਿਸਟਮ ਨੀਗਾ ਵੀ 3 ਘੰਟਿਆਂ ਦੀ ਫਿਲਮ ਜੀ ਬਣਾ ਕੇ ਪਰੇ ਹੋ ਗਏ ਇਹਦਾ ਕੰਮ ਹਜੇ ਸ਼ੁਰੂਆਤ ਹੋਈ ਆ ਹਜੇ ਤਾਂ ਪੈਰ ਧਰਿਆ ਬਾਈ ਜੀ ਹਜੇ ਤਾਂ ਜਾਣੀ ਕਿ ਝਾਰਨਾ ਲੱਗਿਆ ਹੈਗਾ ਹਜੇ ਤਾਂ ਛਣਨਾ ਗਾ ਜਿਹੜੇ ਮੰਨ ਲਓ ਹੋ ਸਕਦਾ ਅੱਜ ਮੈਂ ਮੂਹਰੇ ਹੋ ਕੇ ਬੋਲੀ ਜਾਂਦਾ ਕੱਲ੍ਹ ਨੂੰ ਹੋ ਸਕਦਾ ਮੈਂ ਵੀ ਕਹਿੰਦਾ ਵੀ ਛੱਡ ਪਰੇ ਪਰ ਜਿਹੜੇ ਯੋਧੇ ਖੜਨਗੇ ਉਹੀ ਲੜਨਗੇ ਇੱਥੇ ਨਸ਼ਾ ਅਸੀਂ ਕੋਈ ਵਿਕਣ ਨਹੀਂ ਦੇਣਾ ਨਸ਼ੇ 'ਤੇ ਜਾਣੀ ਦੀ 100 ਬੰਦਾ ਲੱਗਿਆ ਹੋਇਆ ਕੈਪਸੂਲਾਂ 'ਤੇ ਗੋਲੀਆਂ 'ਤੇ ਰੱਖ ਲਓ ਅਤੇ ਉਹਨਾਂ 'ਚੋਂ ਹੁਣ ਸਾਡਾ ਪੂਰਾ ਕੰਟਰੋਲ ਕੀਤਾ ਹੋਇਆ ਹਜੇ ਵੀ ਹੈਗੇ ਆ ਜਾਣੀ ਦੀ 1-2 ਪਿੰਡ 'ਚ ਸਾਡੇ ਬੰਦੇ ਉਹਨਾਂ ਨੂੰ ਵੀ ਅਸੀਂ ਵਾਰਨਿੰਗ ਦਿੱਤੀ ਹੋਈ ਆ ਵੀ ਭਾਈ ਤੁਸੀਂ ਇਹ ਕੰਮ ਛੱਡ ਦਿਓ ਵੀ 13 ਵਾਰਨਿੰਗ ਦੇ ਕੇ ਛੱਡਤਾ ਉਹਨਾਂ ਨੂੰ ਅਤੇ ਜਿੱਦਾਂ ਕਿਤੇ ਸਾਡੇ ਸੂਤ ਆ ਗਏ ਤਾਂ ਅਸੀਂ ਫੜ ਕੇ ਪੁਲਿਸ ਨੂੰ ਫੜਾ ਦਿਆਂਗੇ ਨਸ਼ਾ ਤੁਹਾਡੇ ਪਿੰਡ ਦੇ ਵਿੱਚ ਕਮੇਟੀ ਬਣੀ ਆ ਨਸ਼ਾ ਰੁਕ ਜੂਗਾ ਇਹ ਥੋੜ੍ਹਾ ਬਹੁਤ ਰੁਕ ਜੂ ਸਾਰਾ ਨਹੀਂ ਰੁਕਣਾ ਪੰਜਾਬ ਦੇ ਵਿੱਚ ਰਹਿਣਾ ਜਾਂ ਬਾਹਰ ਜਾਣਾ ਪੰਜਾਬ 'ਚ ਹੀ ਰਹਿਣਾ ਜੇ ਲੋਡ ਹੋ ਗਿਆ ਤਾਂ ਰਹਿਣਾ ਪਊ ਨਹੀਂ ਤਾਂ ਬਾਹਰ ਹੀ ਜਾਣਾ ਤੂੰ ਸਾਰਿਆਂ ਜੇ ਨਾ ਲੋਡ ਹੋਇਆ ਬਾਹਰ ਜਾਏਗਾ ਜਿਹੜੇ ਮਾੜੇ ਛੋਟੇ ਬੂਟੇ ਨਹੀਂ ਰਹੇ ਛੋਟੇ ਬੂਟੇ ਦਾ ਜਿਹੜੇ ਪੱਟੇ ਜਾਂਦੇ ਆ ਸੌਖੇ ਇਹਨਾਂ ਨੇ ਜਿਹੜਾ ਨਾ ਜੜਾਂ ਲਾ ਲਈਆਂ ਇਹਨਾਂ ਨੇ ਤਾਂ ਬਹੁਤ ਜ਼ਿਆਦਾ ਫਸਾ ਲਈਆਂ ਇਹ ਆਪਦਾ ਇਹਨਾਂ ਨੇ ਗਾਹਾਂ ਪ੍ਰਸ਼ਾਸਨ ਨਾਲ ਵੀ ਇਹਨਾਂ ਦੇ ਹਿੱਸੇ ਕੀਤੇ ਵੇ ਆ ਗਾਹਾਂ ਹੋਰ ਵੀ ਗਾਂ ਦੀ ਗਾਂ ਕੰਮ ਵਧਿਆ ਵਾ ਇਹਨਾਂ ਦਾ ਜਿਹੜੇ ਮਾਪਿਆਂ ਕੋਲ ਹੁਣ 1-2 ਕਿੱਲੇ ਹੋ ਗਿਆ ਉਹ ਆਪਣਾ ਸਮਾਜ ਦੇ ਵਿੱਚ ਜਦੋਂ ਆਪਾਂ ਬਹਿੰਦੇ ਹਾਂ ਅਗਲਾ ਕਹਿੰਦਾ ਯਾਰ ਤੂੰ ਇਹਦੇ ਨਾਲ ਤਾਂ ਬਾਹਰ ਭੇਜ ਦੇ ਇਹਦੇ ਨਾਲ ਤਾਂ ਬਾਹਰ ਭੇਜ ਦੇ ਫਲਾਣੇ ਦੇ ਗੋਲੀ ਵੱਜ ਗਈ ਫਲਾਣੇ ਡਾਕਾ ਪੈ ਗਿਆ ਉਹ ਚੀਜ਼ ਕਰਕੇ ਜਾਂ ਕੰਮ ਪ੍ਰਤੀ ਲਾਲਾ ਕਈ ਗੱਲਾਂ ਜੁੜਦੀਆਂ ਇਹ ਚੀਜ਼ ਦੀ ਸ਼ੁਰੂਆਤ ਹੋਈ ਸਾਰੇ ਪਿੰਡਾਂ ਦੇ ਵਿੱਚ ਇਹ ਚੀਜ਼ ਬਣ ਗਈ ਤਾਂ ਆਟੋਮੈਟਿਕ ਨਸ਼ਾ ਖਤਮ ਹੋ ਜਾਣਾ ਝੂਟਾ ਉੱਠਾ ਸੀਗਾ ਪਰ ਉਹਦੇ 'ਤੇ ਪਰਚਾ ਪਾ ਕੇ ਅੰਦਰ ਸਿੱਟ ਤਾ ਉਹਨਾਂ ਨੂੰ ਤੁਹਾਨੂੰ ਵੀ ਡਰ ਹੈ ਕਿ ਯਾਰ ਸਾਡੇ 'ਤੇ ਵੀ ਕਿਤੇ ਪਰਚਾ ਪਾ ਕੇ ਅੰਦਰ ਨਾ ਸਿੱਟ ਦੇਣ ਸਤਿ ਸ਼੍ਰੀ ਅਕਾਲ ਪੰਜਾਬ ਪ੍ਰਥਮ ਟੀ ਵੀ ਦੇਖ ਰਹੇ ਹੋ ਤੁਸੀਂ ਮੈਂ ਸਿਮਰਨਜੀਤ ਸਿੰਘ ਸੰਧਾਣਾ ਗਿਆਨੀ ਗੁਰਦਿੱਤ ਸਿੰਘ ਕਹਿੰਦਾ ਕਿ ਮੇਰੇ ਪਿੰਡਾਂ ਵਿਚਲਾ ਪਿੰਡ ਹੁਣ ਰੁਖਸਤ ਹੋ ਗਿਆ ਜਾਪਦਾ ਪੰਜਾਬ ਦੇ ਵਿੱਚ ਲਗਾਤਾਰ ਸਿਵਿਆਂ ਦੇ ਵਿੱਚ ਭੀੜ ਅਤੇ ਸੱਥਾਂ ਦੇ ਵਿੱਚ ਜਿਹੜੀ ਹੈ ਉਹ ਸੁੰਨ ਪਸਰਦੀ ਜਾਪਦੀ ਹੈ ਪੰਜਾਬ ਦੇ ਵਿੱਚ ਲਗਾਤਾਰ ਆਪਾਂ ਦੇਖ ਰਹੇ ਹਾਂ ਨੌਜਵਾਨਾਂ ਦੀਆਂ ਨਸ਼ਾਂ ਦੇ ਨਾਲ ਹੁੰਦੀਆਂ ਮੌਤਾਂ ਨੇ ਪਿੰਡਾਂ ਨੂੰ ਰੂਹਾਂ ਤੋਂ ਵੀਰਾਨ ਕਰ ਦਿੱਤਾ ਆਪਾਂ ਦੇਖਦੇ ਕਿ ਲਗਾਤਾਰ ਪਿੰਡਾਂ ਦੇ ਵਿੱਚ ਮਾਵਾਂ ਦੇ ਬੈਣ ਜਿਹੜੇ ਆ ਨਸ਼ੇ ਨਾਲ ਪੁੱਤਾਂ ਦੀਆਂ ਮੌਤਾਂ ਹੁੰਦੀਆਂ ਨੇ ਲਗਾਤਾਰ ਆਪਣੇ ਕੰਨਾਂ ਦੇ ਵਿੱਚ ਪੈਂਦੇ ਰਹਿੰਦੇ ਆ ਅਤੇ ਇਹ ਚੀਜ਼ ਨੂੰ ਲੈ ਕੇ ਲੋਕ ਆ ਜਿਹੜੇ ਪਿੰਡਾਂ ਦੇ ਵਿੱਚ ਲਾਮਬੰਦ ਹੋਣੇ ਸ਼ੁਰੂ ਹੋਏ ਨੇ ਪਿੰਡਾਂ ਪਿੰਡਾਂ ਦੇ ਵਿੱਚ ਮਾਲਵੇ ਦੀ ਗੱਲ ਕਰ ਲਿਆ ਜ਼ਿਲ੍ਹਾ ਬਠਿੰਡਾ ਦੇ ਵਿੱਚ ਕਮੇਟੀਆਂ ਬਣੀਆਂ ਸ਼ੁਰੂ ਹੋਈਆਂ ਨੇ ਲੋਕ ਇਸ ਮੁੱਦੇ ਨੂੰ ਲੈ ਕੇ ਅੱਗੇ ਆਏ ਆ ਕੀ ਇਸ ਤਰੀਕੇ ਦੇ ਨਾਲ ਜੋ ਲੰਮੇ ਸਮੇਂ ਤੋਂ ਪੰਜਾਬ ਦੇ ਵਿੱਚ ਨਸ਼ੇ ਦਾ ਮੁੱਦਾ ਬਣਿਆ ਹੋਇਆ ਉਹ ਰੁਕ ਸਕਦਾ ਜਾਂ ਜਿਹੜੀ ਵੇਵ ਉਹਦੀ ਬਣੀ ਹੋਈ ਆ ਕੀ ਵੇਵ ਉਹ ਘੱਟ ਸਕਦੀ ਆ ਆਪਾਂ ਲੋਕਾਂ ਨਾਲ ਵਾਰਤਾਲਾਪ ਕਰਦੇ ਹਾਂ ਗੱਲਬਾਤ ਕਰਦੇ ਹਾਂ ਇਸ ਮੁੱਦੇ ਨੂੰ ਲੈ ਕੇ ਸਤਿ ਸ਼੍ਰੀ ਅਕਾਲ ਬਾਈ ਉਹ ਠੀਕ ਠਾਕ ਹੋ ਜੀ ਹਾਂਜੀ ਵਧੀਆ ਬਾਈ ਜਿਵੇਂ ਹੁਣ ਮੈਂ ਪਹਿਲਾਂ ਕਿਹਾ ਕਿ ਜੋ ਪਹਿਲਾਂ ਪਿੰਡ ਹੁੰਦੇ ਸੀਗੇ ਲੱਗਦਾ ਕਿ ਉਹ ਜਿਹੜੀ ਪਿੰਡ ਹੁੰਦੇ ਸੀ ਪਿੰਡਾਂ 'ਚੋਂ ਪਿੰਡ ਰੁਕਸਤ ਹੋ ਗਿਆ ਹਾਂਜੀ ਇਹ ਤਾਂ ਵੀਰੇ ਸਹੀ ਗੱਲ ਆ ਕਿ ਰੁਕਸਤ ਤਾਂ ਹੋ ਗਏ ਆਪਣਾ ਪਰ ਚੱਕਰ ਇਹ ਆ ਵੀ ਆਪਣਾ ਜਿਹੜਾ ਸਮਾਜ ਆ ਨਾ ਇਹ ਹਰੇਕ ਚੀਜ਼ ਸਮਾਜ ਦੇ ਵਿੱਚੋਂ ਮਿਲਦੀ ਆ ਆਪਾਂ ਉਹ ਚੀਜ਼ ਜਿਵੇਂ ਕਿ ਨਸ਼ੇ ਪੱਤੇ ਪਹਿਲਾਂ ਵੀ ਚੱਲਦੇ ਸੀ ਪਰ ਇਹ ਜਿਹੜਾ ਕੈਮੀਕਲ ਦੇ ਤੌਰ 'ਤੇ ਕੋਈ ਚੀਜ਼ਾਂ ਜਿਹੜੀਆਂ ਖਾਣ ਪੀਣ ਵਾਲੀਆਂ ਵੀ ਕੈਮੀਕਲ ਦੇ ਤੌਰ 'ਤੇ ਬਣਨ ਲੱਗ ਗਈਆਂ ਨਸ਼ਾ ਵੀ ਉਸ ਤਕਾਂ ਦਾ ਆ ਗਿਆ ਲੋਕ ਵੀ ਉਸ ਤਕਾਂ ਦੇ ਹੋ ਗਏ ਹੈ ਨਾ ਅਤੇ ਉਹ ਚੀਜ਼ ਵੱਲ ਲੋਕਾਂ ਦਾ ਧਿਆਨ ਹੀ ਜਾਣੀ ਕਿ ਭੜਕ ਗਿਆ ਸੀਗਾ ਅਤੇ ਨਸ਼ਿਆਂ 'ਤੇ ਜ਼ਿਆਦਾ ਜਵਾਕ ਜਿਹੜੇ ਲੱਗ ਗਏ ਜਾਂ ਆਪਣਾ ਆਪਦਾ ਧਿਆਨ ਮਾਪਿਆਂ ਦਾ ਉਸ ਚੀਜ਼ 'ਤੇ ਹਟ ਗਿਆ ਹਟਾਇਆ ਗਿਆ ਜੇ ਮੰਨ ਲਓ ਖੇਡਾਂ ਤੋਂ ਵੀ ਹਟਾਇਆ ਗਿਆ ਗੇਮਾਂ 'ਚ ਪੈ ਗਏ ਉਹ ਕਰਕੇ ਆਪਣਾ ਜਿਹੜਾ ਸਮਾਜ ਉਹ ਖਰਾਬ ਹੋ ਗਿਆ ਸਿਸਟਮ ਇਹ ਪਰ ਆਪਾਂ ਨੂੰ ਆਪ ਨੂੰ ਸਮਾਜ ਨੂੰ ਹੁਣ ਉੱਠਣਾ ਪੈਣਾ ਚਲੋ ਸਰਕਾਰਾਂ ਦਾ ਵੀ ਦੋਸ਼ ਹੈਗਾ ਇਸ ਚੀਜ਼ 'ਚ ਇਹ ਗੱਲ ਨਹੀਂ ਗੀ ਇਹ ਪਹਿਲ ਆ ਗਈ ਵੀ ਸਰਕਾਰਾਂ ਇਸ ਚੀਜ਼ 'ਤੇ ਨਹੀਂ ਗੌਰ ਕਰਦੀ ਸਰਕਾਰਾਂ ਨੇ ਗੌਰ ਨਹੀਂ ਕੀਤੀ ਤਾਂ ਹੀ ਤੁਹਾਨੂੰ ਅੱਗੇ ਆਉਣਾ ਪਿਆ ਤਾਂ ਹੀ ਆਉਣਾ ਅੱਗੇ ਆਉਣਾ ਪਿਆ ਵੀਰੇ ਸਮਾਜ ਨੂੰ ਫੇਰ ਹੀ ਉੱਠਣਾ ਪਿਆ ਜਦੋਂ ਸਮਾਜ ਉਦੋਂ ਹੀ ਉੱਠਦਾ ਜਦੋਂ ਸਰਕਾਰ ਨਹੀਂ ਕੋਈ ਕੰਮ ਕਰਦੀ ਤਾਂ ਪਹਿਲਾਂ ਦੇਖੋ ਤੁਸੀਂ ਦਿੱਲੀ ਅੰਦੋਲਨ ਚੱਲਿਆ ਉਹ ਵੀ ਸਮਾਜ ਦੇ ਵਿੱਚ ਉੱਠ ਕੇ ਅੰਦੋਲਨ ਐਡਾ ਵੱਡਾ ਸੰਘਰਸ਼ ਲੜਿਆ ਤਾਂ ਆਪਣੇ ਪੰਜਾਬ ਨੇ ਜਿੱਤਿਆ ਹੁਣ ਵੀ ਪਿੰਡਾਂ ਦੇ ਵਿੱਚੋਂ ਲੋਕ ਉੱਠੇ ਨੇ ਅਤੇ ਇਹ ਸੰਘਰਸ਼ ਵੀ ਅਸੀਂ ਜਿੱਤਾਂਗੇ ਲਾਜ਼ਮੀ ਲੰਮਾ ਸੰਘਰਸ਼ ਆ ਕਿਉਂਕਿ 1-2 ਮਹੀਨੇ ਦੀ ਗੱਲ ਤਾਂ ਹੈ ਨਹੀਂ ਇਹ ਤਕੜੇ ਨੇ ਲੋਕ ਬਾਈ ਜੀ ਪੂਰੇ ਤਕੜੇ ਨੇ ਗੱਲ ਸੁਣੋ ਜੇ ਇੱਕ ਦੋ ਮਹੀਨਿਆਂ ਦਾ ਟਾਈਮ ਹੁੰਦਾ ਤਾਂ ਮੈਨੂੰ ਲੱਗਦਾ ਕੋਈ ਉਹ ਤਾਂ ਵੈਸੇ ਵੀ ਉਦੋਂ ਤਾਂ ਇੱਕ ਫਿਲਮ ਜੀ ਤੌਰ 'ਤੇ ਉਹ ਸਿਸਟਮ ਨੀਗਾ ਵੀ 3 ਘੰਟਿਆਂ ਦੀ ਫਿਲਮ ਜੀ ਬਣਾ ਕੇ ਪਰੇ ਹੋ ਗਏ ਇਹਦਾ ਕੰਮ ਹਜੇ ਸ਼ੁਰੂਆਤ ਹੋਈ ਆ ਹਜੇ ਤਾਂ ਪੈਰ ਧਰਿਆ ਬਾਈ ਜੀ ਹਜੇ ਤਾਂ ਜਾਣੀ ਕਿ ਝਾਰਨਾ ਲੱਗਿਆ ਹੈਗਾ ਹਜੇ ਤਾਂ ਛਣਨਾ ਗਾ ਜਿਹੜੇ ਮੰਨ ਲਓ ਹੋ ਸਕਦਾ ਅੱਜ ਮੈਂ ਮੂਹਰੇ ਹੋ ਕੇ ਬੋਲੀ ਜਾਂਦਾ ਕੱਲ੍ਹ ਨੂੰ ਹੋ ਸਕਦਾ ਮੈਂ ਵੀ ਕਹਿੰਦਾ ਵੀ ਛੱਡ ਪਰੇ ਪਰ ਜਿਹੜੇ ਯੋਧੇ ਖੜਨਗੇ ਉਹੀ ਲੜਨਗੇ ਇੱਥੇ
उन्होंने आके हौली हौली समाज में जोड़ना नाल जोड़ के फिर यह सिस्टम चलना फिर यह चीज़ खत्म होगी। ए नहीं गई भी अजक का टाइम नहीं घट्टो घट चार पांच साल इस चीज़ पर लगनगे जिमें कि कमेटियां हम अजे बनना शुरू होया हजे का सिस्टम जिमें नथाने हल्के ला लो अज बजोआ ने भी बनी आ उस तो पहला पूले भी बन चुकी आ नथाने हल्के हजे शुरुआत हुई आ साडे फूल एरिए बाद च यह सिस्टम इधर भी चल पाया तो मैनू लगता भी हौली हौली साडा बठिंडा जिला घिर जाना मानसे तो काम शुरू होया वा जिवें बई ने झोटे ने काम शुरुआत की थी। एक कमेटियां जो ये चीज़ की शुरुआत हुई सारे पिंड चीज़ बन गई तो एटोमैटिक नशा खत्म हो जाए बी झोटा उठा सगा पर परचा पा के अंदर सुट तो उन्होंने थोनू भी डर है कि यार साडे ते भी कदे परचा पा के अंदर ना सुट दे बई डर तो गल सुनो जे मान लो डर तो है ही आ जे क्योंकि ये इन्हों जड़ा कोई माड़िया मोटिया नहीं इन्हों जड़ा ये बोर्ड बन गए हूँ जिहड़े माड़े छोटे बूटे नहीं रहे छोटे बूटे तो जिहड़े पट्टे जांदे सौखे इन्होंने जिहड़ा ने जड़ा ला लिया इन्होंने तो बहुत ज्यादा फसा लिया यह आपदा इन्होंने गाह प्रशासन नाल भी इन्होंने हिस्से किए वे आ गाह होर भी गाह दी गाह कम वध्या वा इन्हां ठीक है। ये परचा ए तो हुंदा नहीं गा भी चलो जी परचा हो गया जां कोई जिहड़ा कोई आम बंदा वो गलत काम कर रहा उन्हें वो काम सही करता सी चलो कुछ ना कुछ मैं मतलब वीडियो वगैरह जां कोई उहजा कानून नूं माड़ा मोटा हाथ च हो सकदा लै लिया होवे तां करके हो गया पर गलती उन्हें कोई नहीं की समाज प्रति उन्हें गलती नहीं की वो काम सही सीगा पर जिवें समाज जुड़ रहा इस तरह परचा पुरचा का कुछ नहीं बनता बई जे एक दो हो जाएंगे तो फिर भी की हुंदा कमेटी बनाउण दी बई क्यों लोड़ पैगी किन्ना क नशा सीगा सड़के दे विच जां पिंड दे विच असी बई हल्के सूँ भी पता पंजाब दे विच रोज लाशां उठ रही जे आप गल करिए भी बहर अगला 42-43 लाख लख ला के जवाक वग जाता मापे पहला जां कुड़ी भाल दिया जां मुंडा भाल दिया ब्याह करा के वग जाते ठीक है। बहर हुण कनेडा दे विच 2 ग्राम चिट्टा अलाउड किया वा भी रख सकते लीगली करता उत्थों लाशां ज्यादा आउंदियां कनेडा चो अपने पंजाब दे विच वापस अपने पंजाब दे विच आपां इह गल कह सकदे आं अज दे दौर ते अज दे टाइम च बाहर तां फिर भी अटदे लोक जिहड़े आ उह दौड़ इदां दी बणी वे कि बाहर इक होड़ लगी हुई आ भेज रहे आ की चक्कर पिया ना जिहड़े मापिआं कोले हुण किला दो किले हो गया उह अपना समाज दे विच जदों आपां बहिंदे आ अगला कहिंदा यार तूं इहदे नाल तां बाहर भेज दे इहदे नाल तां बाहर भेज दे फलाने दे गोली वज गई फलाने डाका पै गया उह चीज़ करके जां कम्म प्रति ला ला कई गल्लां जुड़दियां भी बाहर भेज दे पर बाहर जो बाहरली गल सुन दिया तां मापे ये गल नहीं गई भी उस चीज़ पर गौर नहीं करते कहिंदे आ भी जो रहन दो वापसी वापस भी इस चीज़ को बुला रहे हैं ये गल नहीं गल हुण बाहर जाने वाला हो नहीं दौर खत्म हो गया ये सिस्टम हौली हौली हो जाना उत्थे एदू ज़्यादा आ चिट्टा घट नहीं इस करके समाज के कमेटियां बन रही इस करके पिंडां दे विच कमेटियां बन रही भी आप आपके पिंडां दे विच आपके पंजाब सुधार लगे बाहर जाके कुछ नहीं बनना आपां नूं भी पता है उदू ज़्यादा आ बई बाहर चिट्टा कनेडा अमरीका दे विच जे आपां लाईए जी सरकारां दा लंबे समय तो मुद्दा रहा चिट्टे का वोटां बटोरदियां रही ने सरकारां तो हल नहीं हुई तुहानूं भी लगदा कि सरकारां तो हल होया नहीं जां सरकारां हल करनियां नहीं चाहुंदियां सीगियां नहीं सरकारां तो हल ही नहीं होया ना ही सरकार चाहुंदी सीगी भी इस चीज़ का हल होवे क्योंकि जिहड़ी जवानी है साढ़े पंजाब की वो इन्होंने पहले नशे ते ला के रखी है भी जिथे मर्जी वोट पवा लगे असी नशा बन रहा तो वोटा लै लिया जान बुझ के लोगों को उलझाया गया उलझाया गया ये वोटा का चक्कर करके उलझाते हैं तो हम समाज में तो उठना ही पैना सी ये ऊ खत्म नहीं होना जो पता भी समाज उठ खड़े पिंड उठ खड़े लोग लहर बन गई एक तो ऐटोमैटिक बई जी खत्म हो जूगा खत्म करके दम लवेंगे असं ਇਹ ਨਹੀਂ ਗਾ ਵੀ ਸਾਡੇ ਪਿੰਡ 'ਚ ਜਿੰਨੇ ਕੁ 100 ਮੁੰਡਾ ਸੀਗਾ ਜਿਹੜਾ ਲੱਗਿਆ ਸੀਗਾ ਚਿੱਟੇ 'ਤੇ ਹੋਣਗੇ ਸਾਡੇ ਸਾਰੇ ਨਸ਼ੇ 'ਤੇ ਜਾਣੀ ਦੀ 100 ਬੰਦਾ ਲੱਗਿਆ ਹੋਇਆ ਕੈਪਸੂਲਾਂ 'ਤੇ ਗੋਲੀਆਂ 'ਤੇ ਰੱਖ ਲਓ ਅਤੇ ਉਹਨਾਂ 'ਚੋਂ ਹੁਣ ਸਾਡਾ ਪੂਰਾ ਕੰਟਰੋਲ ਕੀਤਾ ਹੋਇਆ ਹਜੇ ਵੀ ਹੈਗੇ ਆ ਜਾਣੀ ਦੀ ਇੱਕ ਦੋ ਪਿੰਡ 'ਚ ਸਾਡੇ ਬੰਦੇ ਉਹਨਾਂ ਨੂੰ ਵੀ ਅਸੀਂ ਵਾਰਨਿੰਗ ਦਿੱਤੀ ਹੋਈ ਆ ਵੀ ਭਾਈ ਤੁਸੀਂ ਇਹ ਕੰਮ ਛੱਡ ਦਿਓ ਵੀ 13 ਵਾਰਨਿੰਗ ਦੇ ਕੇ ਛੱਡਤਾ ਉਹਨਾਂ ਨੂੰ ਅਤੇ ਜਿੱਦਾਂ ਕਿਤੇ ਸਾਡੇ ਸੂਤ ਆ ਗਏ ਅਤੇ ਅਸੀਂ ਫੜ ਕੇ ਪੁਲਿਸ ਨੂੰ ਫੜਾ ਦਾਂਗੇ ਕਿੰਨਾ ਕੁ ਫਰਕ ਪਿਆ ਕਮੇਟੀ ਬਣੀ ਹੈ ਪਿੰਡ ਦੇ ਵਿੱਚ ਪਹਿਲਾਂ ਨੂੰ ਫਰਕ ਪਿਆ ਸਾਡੇ ਜੀ ਪੂਰਾ ਤਕਰੀਬਨ 1 ਮਹੀਨੇ ਤੋਂ ਉੱਤੇ ਕਮੇਟੀ ਬਣੀ ਨੂੰ ਹੋ ਗਿਆ ਆਹ ਸਾਰੇ ਪਿੰਡ ਦੇ ਸਾਡੇ ਪੂਰੇ ਵਧੀਆ ਸਾਂਝੇ ਤੌਰ 'ਤੇ ਇੱਥੇ ਸੱਥ ਲੱਗਦੀ ਹੈ ਸਿਆਣੇ ਸਿਆਣੇ ਸਾਰੇ ਬਜ਼ੁਰਗ ਹੈ ਸਾਰਿਆਂ ਨੂੰ ਪੁੱਛ ਲਓ ਵੀ ਉਦੇ ਦਾ ਕੋਈ ਚੋਰੀ ਜਾਂ ਕਿਸੇ ਦਾ ਮੋਬਾਈਲ ਖੋਇਆ ਗਿਆ ਜਾਂ ਕਾਟੇ ਲਾਏ ਗਏ ਅੱਗੇ ਡੇਲੀ ਦੀਆਂ ਦੋ ਦੋ ਚਾਰ ਚਾਰ ਚੋਰੀਆਂ ਡੇਲੀ ਦੀਆਂ ਹੁੰਦੀਆਂ ਸੀ ਹੁਣ ਸਾਡਾ ਪਿੰਡ ਇਸ ਟਾਈਮ ਪੂਰਾ ਸ਼ਾਂਤ ਮਾਹੌਲ ਨਾਲ ਜੋ ਰਿਹਾ ਕਿੰਨਾ ਕੁ ਫਰਕ ਪੈ ਗਿਆ ਪਹਿਲਾਂ ਨੂੰ ਪੂਰਾ ਹੀ ਫਰਕ ਪੈ ਗਿਆ ਜੀ ਬਸ 1-2 ਮੁੰਡੇ ਰਹਿ ਗਏ ਉਹ ਸਾਡੇ ਧਿਆਨ 'ਚ ਹੈ ਅੱਗੇ ਰਾਤ ਨੂੰ ਅਸੀਂ ਠੀਕਰੀ ਪੈਰਾ ਸਾਡਾ ਬੰਦ ਸੀ ਅੱਜ ਅਸੀਂ ਲੋਸਮੈਂਟ ਕਰਾ ਕੇ ਰਾਤ ਨੂੰ ਠੀਕਰੀ ਪੈਰਾ ਲਾਉਣ ਜਾ ਰਹੇ ਹਾਂ 9:30 ਵਜੇ ਤੋਂ ਬਾਅਦ ਬਿਨਾਂ ਕੰਮ ਤੋਂ ਕੋਈ ਬਾਹਰ ਫਿਰਦਾ ਹੋਇਆ ਨਾਲ ਸਾਡੇ ਮੁਲਾਜ਼ਮ ਹੋਣਗੇ ਨਾਲ ਦੇ ਨਾਲ ਚੱਕ ਕੇ ਅਸੀਂ ਉਹਨਾਂ ਨੂੰ ਥਾਣੇ ਭੇਜਾਂਗੇ ਬਾਪੂ ਦੁਬਾਰੇ ਫਿਰ ਪਿੰਡਾਂ ਦੇ ਵਿੱਚ ਠੀਕਰੀ ਪਰੇ ਸ਼ੁਰੂ ਹੋ ਗਿਆ ਨਸ਼ੇ ਨੂੰ ਲੈ ਕੇ ਜੋ ਵੇਵ ਪੰਜਾਬ ਦੇ ਵਿੱਚ ਬਣੀ ਹੋਈ ਹੈ ਕਿ ਲੋਕ ਇਕੱਠੇ ਹੋਏ ਆ ਉਹ ਖਤਮ ਹੋ ਸਕਦੀ ਹੈ ਹੁਣ ਨਹੀਂ ਹੁੰਦੀ ਖਤਮ ਜੀ
खत्म नहीं होंगी वह हूँ। हाँ ये जी सा पिंड की कमेटी बनी आ, साड़ी पिंड की कमेटी भी खत्म करूगी सारा कुछ। इन्हों नौजवानों ने उद्यम कराया, घट्टो घट 80-85 मुंडे आ। सब तो पहला साढ़े हल्के भाई रूपा से पिंड दुल्याला, दुल्याला के योध्या सलाम आ जिन्होंने सानू भी साढ़े पिंड भी इस लाइन से लाया। साढ़े जेडे नौजवान मुंडे आ इन्हों का पूरा जोर इस काम से लग्या हुआ भी ना पिंड च नशा वंड देना ते ना असी किसी नूं नशा वरतन देना देना जी। हाँ जी, ते असी इन्हां दे दिन रात नाल खड़े आ असी इन्हां दे। जी बापू, इसे तरीके दे नाल जिहड़ा नशा पंजाब दे विच मारू साबित हो रहा, रोकिया जा सकदा? रोकिया असी इकट्ठे होवांगे रोकिया जा सकदा जी। जिवें अपने हुण वोटां होणगियां, पंचायत चोणां होणगियां, गाहां चोणां होणगियां, उहदे च वी लोक नशा वरताउणगे, उहदे च वी असी रल मिल के कंट्रोल करांगे। वी उह ना ना होवे ते आपे रुक जूगा फिर। वोटां दी खातरी नशा बणदे आ, कुर्सी दी खातरी नशा बणदे आ। जे असी उदों रोकणगे मुख्यमंत्री साहब कहिंदे आ आए दिन जिहड़ा बयान आउंदा कि लगे हो नशा पंजाब दे विचों खत्म कर देंगे, सानू की लगता कि नशा पंजाब दे विचों जिहड़ा आए दिन बयान आउंदे आ खत्म हो जूगा? जिहड़ियां सरकार कहिंदा हले गल्लां ही आ, कुछ नहीं कर रहे, ये लोग करनगे तां होजूगा, नहीं सरकार नहीं इहदे बारे कुछ कर रही। क्यों नहीं कर रही, जां करनी नहीं चाहुंदी सरकार? करना नहीं चाहुंदी। जे क्यों नहीं करना चाहुंदी, कारण की लगदा? जे असीं उहनां दे हत्थां नहीं झाकांगे नशा नशे की खातर, एक बोतल पिछे उहनां नूं वोट मिल जांदी है, ते जे असीं नशे तों हट के गलती बापू लोकां दी आ, बोतल पिछे फिर वोट क्यों पाउंदे आ? उह लाते ना पहला लग गए, जिहड़े लग गए हुण उह तां दिंदे ही आ। हुण असीं तां कहिंदे वी गाहां होर ना लगन, साडी तां इही आ वी गाहां नूं लोक होर ना लगन। जिहड़े हुण कमेटियां बणाउणे जिहड़ा पहलां लग गए उहनां दा मौत आ हुण जी। असीं कहिंदे वी गाहां नूं होर बच्चिआं लगन, इहदे बारे असीं आह कंट्रोल कर रहे। तां छोटे छोटे बच्चे वी इत्थे इकट्ठ दे विच पहुंचे होए, क्योंकि डर है मां प्यो दे मन दे विच जिहड़ा, कि की हाल है? ठीक आ, नशा तुहाडे पिंड दे विच कमेटी बणी आ, नशा रुक जूगा? थोड़ा बहुत रुक जू, सारा नहीं रुकना। ਪੰਜਾਬ ਦੇ ਵਿੱਚ ਰਹਿਣਾ ਜਾਂ ਬਾਹਰ ਜਾਣਾ? ਪੰਜਾਬ 'ਚ ਹੀ ਰਹਿਣਾ, ਜੇ ਲੋੜ ਹੋ ਗਿਆ ਤਾਂ ਰਹਿਣਾ ਪਊ, ਨਹੀਂ ਤਾਂ ਬਾਹਰ ਹੀ ਜਾਣਾ ਪਊ ਸਾਰਿਆਂ ਨੂੰ। ਜੇ ਨਾ ਲੋੜ ਹੋਇਆ ਬਾਹਰ ਜਾਏਗਾ? ਹਾਂਜੀ। ਪਰ ਲੋਕ ਇਕੱਠੇ ਹੋਏ ਆ ਤੁਹਾਡੇ ਪਿੰਡ ਦੇ, ਕਿੰਨੇ ਲੋਕ ਖੜੇ ਆ, ਲੋਟ ਕਰ ਦੇਣਗੇ ਫਿਰ ਤਾਂ ਪੰਜਾਬ 'ਚ ਹੀ ਰਹੇਗਾ? ਹਾਂਜੀ। ਮਾਂ ਪਿਓ ਕੀ ਕਹਿੰਦਾ, ਮੰਮੀ ਡੈਡੀ ਕੀ ਕਹਿੰਦੇ ਆ, ਬਾਹਰ ਜਾ ਵੜੀ ਜਾਂ ਇੱਥੇ ਪੰਜਾਬ ਦੇ ਵਿੱਚ ਰਹੀ? ਮੰਮੀ ਡੈਡੀ ਬੋਲਦੇ ਜੇ ਤੇਰੀ ਮਰਜ਼ੀ ਹੈ ਤਾਂ ਬਾਹਰ ਜਾ ਵੜੀ, ਨਹੀਂ ਤਾਂ ਨਾ ਜਾਈ। ਛੋਟੇ ਛੋਟੇ ਬੱਚਿਆਂ ਦੇ ਵਿੱਚ ਵੀ ਕਿਤੇ ਨਾ ਕਿਤੇ ਮਨ ਦੇ ਵਿੱਚ ਡਰ ਹੈਗਾ, ਜਿਵੇਂ ਛੋਟਾ ਬੱਚਾ ਜੇ ਛੋਟੀ ਉਮਰ ਆ, ਪੁੱਗਰ ਦੀ ਪੀੜ੍ਹੀ, ਇਹਨਾਂ ਨੇ ਕਿਹਾ ਕਿ ਜੇ ਹਾਲਾਤ ਸਹੀ ਹੋ ਗਏ ਪੰਜਾਬ ਦੇ ਵਿੱਚ ਫਿਰ ਤਾਂ ਅਸੀਂ ਇੱਥੇ ਰਹਾਂਗੇ ਤਾਂ ਨਹੀਂ ਅਸੀਂ ਬਾਹਰ ਜਾਵਾਂਗੇ? ਬੜੇ ਗਹਿਰੇ ਸਵਾਲ ਹੈ, ਬੜੇ ਡੂੰਘੇ ਅਤੇ ਗਹਿਰੇ ਸਵਾਲ ਹੈ ਬਾਈ ਸਾਡੇ ਨਾਲ ਹੈ ਬਾਈ। ਸਤਿ ਸ਼੍ਰੀ ਅਕਾਲ ਬਾਈ। ਬਾਈ ਕੀ ਲੱਗਦਾ ਕਿ ਜਿਵੇਂ ਤੁਹਾਡੇ ਪਿੰਡ ਦੀ ਕਮੇਟੀ ਆ, ਜਾਂ ਆਪਾਂ ਰਾਮਪੁਰੇ ਫੂਲ ਏਰੀਏ ਦੀ ਗੱਲ ਕਰ ਰਹੀਏ, ਕਮੇਟੀਆਂ ਬਣਨੀਆਂ ਸ਼ੁਰੂ ਹੋਈਆਂ ਨੇ, ਖੁਦ ਤੁਸੀਂ ਪਲੇਅਰ ਹੋ, ਕੀ ਪੰਜਾਬ ਦੇ ਵਿੱਚ ਇੱਕ ਉਹ ਦੌਰ ਹੁੰਦਾ ਸੀਗਾ ਹਾਕੀ ਦੇ ਪਲੇਅਰ ਨਿਕਲਦੇ ਹੁੰਦੇ ਸੀਗੇ, ਫੁੱਟਬਾਲ ਦੇ ਪਲੇਅਰ, ਕਬੱਡੀ ਦੇ, ਜਿਵੇਂ ਦਾਰਾ ਸਿੰਘ ਦੀ ਗੱਲ ਕਰ ਲਈਏ, ਉਹ ਘੱਟ ਗਏ, ਹੁਣ ਨਸ਼ਿਆਂ 'ਚ ਵੜ ਗਏ, ਕੀ ਉਹ ਦੁਬਾਰੇ ਪਲੇਅਰ ਪੰਜਾਬ ਦੇ ਵਿੱਚੋਂ ਪੈਦਾ ਹੋ ਸਕਦੇ? ਹਾਂਜੀ, ਬਣਨ ਚਾਹੀਦਾ ਜ਼ਰੂਰੀ, ਹੁਣ ਗਰਾਊਂਡਾਂ ਦੀ ਸਾਂਭ ਸੰਭਾਲ ਹੋਣੀ ਚਾਹੀਦੀ ਹੈਗੀ, ਗੌਰਮੈਂਟ ਨੇ ਇਹ ਚੀਜ਼ ਵੱਲ ਧਿਆਨ ਦੇਣਾ ਚਾਹੀਦਾ। ਹੁਣ ਸਾਡੇ ਪਿੰਡ ਸੀ ਅੱਗੇ ਗਰਾਊਂਡ ਦੇ ਵਿੱਚ ਬਹੁਤ ਘੱਟ ਜਵਾਹ ਜਾਂਦੇ, ਕਿਉਂ ਨਸ਼ੇ ਵਾਲੇ ਹੱਥ ਨੇ 10-15 ਮੁੰਡੇ ਮੋਟਰਸਾਈਕਲ ਲੈ ਕੇ ਕੋਈ ਆ ਗਿਆ ਕੋਈ ਉੱਠ ਗਿਆ ਗਰਾਊਂਡ ਦੇ ਵਿੱਚ ਫਿਰਦੇ ਆ। ਹੁਣ ਫਰਕ ਪਿਆ? ਹਾਂ, ਹੁਣ ਕੋਈ ਨਹੀਂ ਆਉਂਦਾ, ਜਮਾਂ ਸ਼ਾਂਤੀ ਹੈ ਹੁਣ ਗਰਾਊਂਡ ਦੇ ਵਿੱਚ, ਜਾ ਕੇ ਤੁਸੀਂ ਦੇਖ ਲਓ 40-50 ਮੁੰਡੇ ਖੇਡ ਰਹੇ, ਫੁੱਟਬਾਲ ਖੇਡੀ ਜਾਂਦੇ ਆ, ਵਧੀਆ ਵਧੀਆ ਚੱਲ ਰਿਹਾ ਜੀ। ਹਾਂਜੀ, ਕੀ ਲੱਗਦਾ ਕਿ ਜਿਹੜੀ ਪੰਜਾਬ ਦੇ ਵਿੱਚ ਜਿਹੜੀ ਸਥਿਤੀ ਬਣੀ ਹੋਈ ਆ ਹੁਣ ਨਸ਼ੇ ਨੂੰ ਲੈ ਕੇ, ਆਪਾਂ ਨਿੱਤ ਨੌਜਵਾਨਾਂ ਦੀਆਂ ਮੌਤਾਂ ਹੁੰਦੀਆਂ ਦੇਖਦੇ ਹਾਂ, ਕਿ ਉਹਨਾਂ ਨੂੰ ਠੱਲ ਪੈ ਸਕਦੀ ਹੈ ਜੇ ਲੋਕ ਇਕੱਠੇ ਹੋਣਗੇ ਤਾਂ? ਹਾਂਜੀ, ਸਾਰੀ ਪਿੰਡ ਪਿੰਡ ਕਮੇਟੀਆਂ ਬਣਨੀਆਂ ਚਾਹੀਦੀਆਂ ਜੀ, ਵੀ ਨਸ਼ਾ ਰੋਕੇ ਸਾਰੇ ਪਾਸਿਓਂ। ਹੁਣ ਸਾਡੇ ਪਿੰਡ ਸੀ ਅੱਗੇ, ਸਾਡੇ ਪਿੰਡ ਕਲਿਆਣ ਤੋਂ ਨਸ਼ਾ, ਤੁਹਾਡੇ ਪਿੰਡ ਕਿੰਨਾ ਕੁ ਨਸ਼ਾ ਸੀਗਾ? ਸਾਡੇ ਪਿੰਡ ਨੂੰ 4-5 ਮਹੀਨੇ ਦਾ ਇਹ ਚਿੱਟਾ ਵਿਕ ਰਿਹਾ ਸੀਗਾ ਜੀ, ਅਤੇ ਹੁਣ ਸਾਡੇ ਪਿੰਡ ਦੇ ਵਿੱਚ ਨਹੀਂ ਵਿਕ ਰਿਹਾ, ਕੋਈ ਇਹੀ ਗੱਲ ਨਹੀਂ ਗੀ। ਪਹਿਲਾਂ ਸਾਡੇ ਪਿੰਡ 2-3-4-5 ਸਾਲ ਕਲਿਆਣ ਤੋਂ ਸਾਡੇ ਪਿੰਡ ਚਿੱਟਾ ਆਉਂਦਾ ਰਿਹਾ ਹੈਗਾ, ਉੱਥੋਂ ਆਉਂਦਾ ਸੀਗਾ, ਫਿਰ ਹੁਣ ਭਗਤੇ ਆਉਣ ਲੱਗ ਗਿਆ ਸੀਗਾ, ਅਤੇ ਹੁਣ ਇਸ ਵਾਰ ਹੁਣ ਭਗਤੇ ਵੀ ਕਮੇਟੀ ਬਣ ਗਈ, ਇਹਨਾਂ ਦਾ ਬਹੁਤ ਫਰਕ ਪੈ ਗਿਆ ਪਿੰਡਾਂ ਦੇ ਵਿੱਚ। ਬਈ ਵਿਜ਼ਨ ਕੀ ਹੈ? ਵਿਜ਼ਨ ਵੀ ਹੋਣਾ ਚਾਹੀਦਾ, ਹੈ ਨਾ, ਰੋਡ ਮੈਪ ਹੋਣਾ ਚਾਹੀਦਾ। ਤੁਸੀਂ ਕਮੇਟੀਆਂ ਬਣਾਉਣ ਲੱਗੇ ਹੋ ਨਸ਼ਾ ਰੋਕਣ ਦੇ ਲਈ, ਚੰਗਾ ਸਲਾਘਾਯੋਗ ਕਦਮ ਹੈ, ਪਰ ਨੌਜਵਾਨੀ ਨੂੰ ਜਿਹੜੀ ਪੀੜ੍ਹੀ ਹੈ ਉਹਨੂੰ ਕਿਹੜੇ ਪਾਸੇ ਲਾਉਂਗੇ ਜੀ, ਜਿਹੜੀ ਇੱਕ ਚੈਨ ਬਣੀ ਹੋਈ ਨਸ਼ੇ ਦੀ ਤੋੜਨ ਦੇ ਲਈ? ਬਈ ਵਿਜ਼ਨ ਤਾਂ ਤੁਸੀਂ ਇਹ ਦੇਖੋ, ਉਹ ਬੱਚਾ ਸੀਗਾ, ਹੈ ਨਾ, ਅਤੇ ਬੱਚੇ ਨੇ ਕਿਹਾ ਕਿ ਅਸੀਂ ਨਹੀਂ ਤਾਂ ਬਾਹਰ ਵਗ ਜਾਵਾਂਗੇ ਜੇ ਰੋਕਤਾ, ਤਾਂ ਪਹਿਲੀ ਗੱਲ ਤਾਂ ਇਹੀ ਸਾਡੇ ਵਿਜ਼ਨ ਬਣ ਜਾਣੇ, ਸਾਨੂੰ ਇਹ ਜੇ ਮੁੰਡਾ ਪਲੇਅਰ ਆ
ਇਹਨਾਂ ਵੱਲ ਹੀ ਸੋਚ ਕੇ, ਇਹਨਾਂ ਵੱਲ ਹੀ ਦੇਖ ਕੇ, ਜਾਂ ਆਪਦੇ ਬੱਚਿਆਂ ਵੱਲ ਹੀ ਦੇਖ ਕੇ, ਛੋਟੇ ਛੋਟੇ ਵੱਲ ਹੀ ਸਾਡਾ ਬਿਜ਼ਨਸ ਦਾ ਸਾਡਾ ਕਲੀਅਰ ਆ ਵੀ ਅਸੀਂ ਇਹਨਾਂ ਬੱਚਿਆਂ ਲਈ ਜਿਉਣਾ, ਇਹਨਾਂ ਬੱਚਿਆਂ ਲਈ ਕਰਨਾ। ਜਿਹੜੇ ਮੰਨ ਲਓ ਸਾਡੇ ਉਮਰ ਦੇ ਸੀਗੇ, ਮੇਰੇ ਹਮ ਉਮਰ ਮੁੰਡੇ ਜਿਹੜੇ ਲੱਗ ਗਏ, ਉਹ ਲੱਗ ਗਏ ਜਿਹੜੇ ਪਾਸੇ ਖੇਡਦਾ ਜਾਂ ਕੋਈ ਕੰਮ ਕਰੀ ਜਾਂਦਾ, ਉਹ ਉਸ ਤੱਕ ਹੀ ਚੱਲਣਾ ਉਹਨੇ ਸਿਸਟਮ ਨੇ, ਉਹ ਨਾ ਤਾਂ ਹੁਣ ਲੱਗਣ, ਹੁਣ ਨਾ ਹਟਣ। ਤੁਸੀਂ ਮੁੰਡਿਆਂ ਦੀ ਗੱਲ ਕੀਤੀ, ਉਹਨਾਂ ਨਾਲ ਤੁਹਾਡੀ ਗੱਲਬਾਤ ਹੁੰਦੀ ਆ, ਕੀ ਉਹ ਮੋੜਾ ਪਾਉਣਾ ਚਾਹੁੰਦੇ ਆ ਜਾਂ ਉਹ ਨਿਕਲ ਨਹੀਂ ਪਾਉਂਦੇ ਉਸ ਲੜੀ ਦੇ ਵਿੱਚੋਂ? ਬਾਈ ਜੀ, ਚੱਕਰ ਆਇਆ, ਇਸ ਚੀਜ਼ 'ਤੇ ਵਿਸ਼ਵਾਸ ਨਹੀਂ ਕਰ ਸਕਦੇ ਆਪਾਂ। ਕੁਛ ਨੌਜਵਾਨ ਹੈਗਾ ਜਿਹੜੇ ਕਹਿੰਦੇ ਆ ਕਿ ਵੀ ਅਸੀਂ ਵਾਪਸ ਆਉਣਾ ਚਾਹੁੰਦੇ ਹਾਂ, ਇਸ ਚੀਜ਼ ਤੋਂ ਨਿਕਲਣਾ ਚਾਹੁੰਦੇ ਹਾਂ। ਕਈ ਵਾਰੀ ਉਹਨਾਂ ਨੇ ਵਿਸ਼ਵਾਸ ਕਰਕੇ ਦੇਖ ਲਿਆ, ਮੈਨੂੰ 5-4 ਸਾਲ ਹੋ ਗਏ ਇਸ ਚੀਜ਼ ਦੇ ਨਾਲ, ਜਾਣੀ ਕਿ ਵੀ ਲੜ ਰਹੇ ਹਾਂ ਅਸੀਂ, ਕਿਉਂਕਿ ਹਰੇਕ ਦੇ ਘਰੇ ਵੀ, ਤੁਹਾਨੂੰ ਪਤਾ, ਹਰੇਕ ਦੇ ਰਿਸ਼ਤੇਦਾਰੀ 'ਚ ਵੀ ਆ, ਸਾਰਾ ਕੁਛ ਆਲਾ ਦੇਖ ਕੇ ਕਰਦਾ ਇਹ ਚੀਜ਼। ਉਹ ਚੀਜ਼ ਨੂੰ ਜਦੋਂ ਉਹਨਾਂ ਨੇ ਵਿਸ਼ਵਾਸ ਕਰਨ ਦੀ ਕੋਸ਼ਿਸ਼ ਕਰਦੇ ਹਾਂ ਜਾਂ ਕਰ ਲੈਂਦੇ ਹਾਂ ਵਿਸ਼ਵਾਸ ਆਪਾਂ, ਤਾਂ ਉਸ ਤੋਂ ਬਾਅਦ ਉਹ ਚੀਜ਼ ਦੁਬਾਰਾ ਉਹਨੂੰ ਕਰ ਦਿੰਦੇ ਆ, ਵਾਪਸੀ ਕਰ ਦਿੰਦੇ ਆ ਉਸ ਸਮੇਂ, ਜਾਂ ਕਿਤੇ ਚਿੱਟਾ ਲਾਉਂਦੇ ਦੇਖ ਲਿਆ, ਜਾਂ ਕਿਤੇ ਨਾ ਕਿਤੇ ਕੋਈ ਚੋਰੀ ਡਾਕਾ ਜਾਂ ਕਿਸੇ ਨਾ ਕੁਛ, ਉਹ ਸਿਸਟਮ ਹੋ ਜਾਂਦਾ ਜਦੋਂ, ਫਿਰ ਵਿਸ਼ਵਾਸ ਟੁੱਟ ਜਾਂਦਾ ਵੀ ਇਹ ਨਹੀਂ। ਪਰ ਉਹ ਇਸ ਤਰ੍ਹਾਂ ਵਿਸ਼ਵਾਸ ਜਿਤਾਉਂਦੇ ਆ ਵੀ ਨਹੀਂ, ਅਸੀਂ ਨਹੀਂ ਕਰਦੇ, ਸਾਨੂੰ ਆਹ ਕਰ ਦਿਉ, ਸਾਨੂੰ ਇੱਥੇ ਕੰਮ 'ਤੇ ਲਵਾ ਦਿਉ, ਜਾਂ ਕੁਛ ਨਾ ਕੁਛ ਸਾਨੂੰ ਆਹ ਚੀਜ਼ ਲੈ ਕੇ ਦੇ ਦਿਉ, ਵੀ ਉਹਨਾਂ ਤੋਂ ਕੋਈ ਵਿਸ਼ਵਾਸ ਨਹੀਂ ਲੈ ਸਕਦੇ ਆਪਾਂ। ਪਰ ਇਹ ਚੀਜ਼ ਜ਼ਰੂਰੀ ਆ ਕਿ ਜਿਹੜੇ ਮੁੰਡੇ ਨਹੀਂ ਕਰਦੇ ਉਹਨਾਂ ਲਈ ਅਸੀਂ ਕੁਛ ਨਾ ਕੁਛ ਕਰ ਸਕਦੇ ਹਾਂ ਵੀ ਉਹ ਲੱਗਣ ਨਾ, ਅਤੇ ਨਸ਼ਾ ਜਿਹੜਾ ਵਿਕੇ ਨਾ, ਅੱਗੇ ਨਾ ਲੱਗੇ ਇਹ ਚੀਜ਼, ਅੱਗੇ ਸਮਾਜ ਸੁਧਰਾ ਰਹੇ। ਅਤੇ ਜਿਹੜੇ ਆਪੇ ਹੀ ਤੋਂ ਨਸ਼ਾ ਮਿਲਣੋਂ ਹਟ ਗਿਆ, ਤਾਂ ਬਾਈ ਉਹਨਾਂ ਨੇ ਆਪੇ ਹੀ ਛੱਡ ਦੇਣਾ, ਆਪੇ ਹੋਰ ਪਾਸੇ ਕਿਸੇ ਪਾਸੇ ਲੱਗ ਜਾਣਗੇ ਜਾਂ ਕੁਛ ਨਾ ਕੁਛ ਉਹੋ ਜਿਹਾ ਕਰਨਾ, ਖੇਡਾਂ ਨਹੀਂ ਲੱਗਦਾ। ਪ੍ਰਸ਼ਾਸਨ ਦਾ ਸਹਿਯੋਗ ਇਹਨਾਂ ਗਾ, ਪ੍ਰਸ਼ਾਸਨ ਦੀ ਗੱਲ ਕਰ ਲਈ ਤਾਂ ਪਹਿਲਾਂ ਤਾਂ ਬਹੁਤ ਘੱਟ ਸੀਗਾ ਜੀ। ਜਿੱਦਾਂ ਬਲਕਾਰ ਸਿੱਧੂ ਨੇ ਉਹਨਾਂ ਨੂੰ ਬੁਲਾ ਕੇ ਸਾਰਿਆਂ ਨੂੰ ਕਿਹਾ ਵੀ ਸਾਰੀਆਂ ਕਮੇਟੀਆਂ ਦਾ ਪੂਰਾ ਫੁੱਲ ਸਾਥ ਦਿਓ, ਉਦੋਂ ਦਾ ਸਾਡਾ ਪੂਰਾ ਸਾਥ ਦੇ ਰਿਹਾ ਜੀ ਸਾਰੇ ਜੀ। ਅਤੇ ਬਾਕੀ ਬਲਕਾਰ ਸਿੱਧੂ ਨੇ ਵੀ ਪਹਿਲਾਂ ਤਾਂ ਢਿੱਲ ਵਰਤੇ ਵੀ ਸੀ, ਜਿਹਦੇ ਨਾਲ ਕਹਿ ਤੇ ਬਲਕਾਰ ਸਿੱਧੂ ਵੀ ਸਾਡਾ ਪੂਰਾ ਫੁੱਲ ਸਾਥ ਦੇ ਰਿਹਾ ਜੀ। ਜਿਵੇਂ ਜੀ ਅਸੀਂ ਕਹਿੰਦੇ ਹਾਂ ਵੀ ਇਸ ਤਰ੍ਹਾਂ ਅਸੀਂ ਕਿਹਾ ਮੁਲਾਜ਼ਮ ਆ ਨਹੀਂ ਰਿਹਾ, ਉਹ ਕਹਿੰਦਾ ਵੀ ਮੁਲਾਜ਼ਮ ਜੇ ਤੁਹਾਡੇ ਕਹਿਣ 'ਤੇ ਇੱਕਰੀ ਨਾ ਆ ਤਾਂ ਨਾਲ ਦੀ ਨਾਲ ਮੈਨੂੰ ਦੱਸ ਦਿਓ ਅਤੇ ਆਪਾਂ ਨੂੰ ਘਰੇ ਤੋਰ ਦਿਆਂਗੇ। ਇਸ ਨਸ਼ੇ ਨੇ, ਚਿੱਟੇ ਨਸ਼ੇ ਦੀ ਗੱਲ ਕਰ ਲਈ ਹੈ, ਰਿਸ਼ਤਿਆਂ ਦੀਆਂ ਕਦਰਾਂ ਕੀਮਤਾਂ ਉਹ ਵੀ ਘਟਾਤੀਆਂ। ਆਪਾਂ ਇਹਦੇ ਨਾਲ ਮਾਮਲੇ ਸਾਹਮਣੇ ਦੇਖਦੇ ਹਾਂ ਕਿ ਉਹ ਧੀਆਂ ਦੇ ਜਿਹੜੇ ਸੁਹਾਗ ਹੈ ਜਾਂ ਉਹਨਾਂ ਦੇ ਜਿਹੜਾ ਵੰਗਾਂ ਟੁੱਟਦੀਆਂ ਨੇ, ਆਪਾਂ ਇਹ ਦਿਨ ਦੇਖਦੇ ਹਾਂ ਕਿ ਉਹਨਾਂ ਨੂੰ ਇਸ ਤਰ੍ਹਾਂ ਇਕੱਠੇ ਹੋ ਕੇ ਬਚਾਇਆ ਜਾ ਸਕਦਾ। ਹਾਂਜੀ, ਉਸੇ ਤੌਰ 'ਤੇ ਤਾਂ ਇਹ ਕਮੇਟੀਆਂ ਬਣਾਉਣ ਲੱਗੇ ਹਾਂ ਜੀ ਅਸੀਂ। ਤਾਂ ਪਿੰਡ ਅਸੀਂ ਦੁੱਲੇ ਵਾਲੇ ਤੋਂ ਚੱਲਿਆ, ਭਾਈ ਰੂਪਾ ਤੀਜਾ ਪਿੰਡ ਸਾਡਾ ਸੀਗਾ ਜੀ, ਸਾਡਾ ਉਹਦਾ ਕਮੇਟੀ ਬਣਾਉਣ 'ਚ ਪਹਿਲਾ ਨੰਬਰ ਹੈ ਜੀ। ਪਰ ਅਸੀਂ ਮੋਬਾਈਲ 'ਤੇ, ਪਹਿਲਾਂ ਤੁਸੀਂ ਸ਼ੁਰੂਆਤ ਕੀਤੀ ਤੋਂ ਸ਼ੁਰੂਆਤ ਅਸੀਂ ਸਾਡੇ ਪਿੰਡ ਕਰੀ ਸੀ, ਪਰ ਉਹ ਮੋਬਾਈਲ 'ਤੇ ਟਾਈਮ ਹੋ ਗਏ, ਅਸੀਂ ਹੋਏ ਨਹੀਂ, ਅਸੀਂ ਗੁੱਜੇ ਫੜ ਫੜ ਕੇ ਕੁੱਟ ਕੁੱਟ ਕੇ ਅਤੇ ਅਸੀਂ ਉਹਨਾਂ ਦੇ ਪਰਚੇ ਪਹੁੰਚ ਗਏ ਜੀ। ਤੇ ਇਹ ਸੁਹਾਗ ਜਿਹੜੇ ਰੁਲਦੇ ਆ ਜਾਂ ਕਿਸੇ ਮਾਂ ਦਾ ਪੁੱਤ ਜਾਂਦਾ ਹੈ, ਉਸ ਦੁੱਖ ਦੇ ਮਾਰੇ ਅਸੀਂ ਇਸ ਕੰਮ 'ਚ ਲੱਗਿਆ ਵੀ ਸਾਡੇ ਪੁੱਤ ਕੱਲ੍ਹ ਨੂੰ ਭਲਾ ਉਹ ਲੱਗੇ ਪਿਆ, ਸਾਨੂੰ ਇਹ ਆ ਜਿਹੜੀ ਉਹ ਅੱਗ ਹੈ ਉਹ ਸਾਡੇ ਘਰੇ ਵੀ ਕੱਲ੍ਹ ਨੂੰ ਆ ਸਕਦੀ ਹੈ। ਜਿਵੇਂ ਛੋਟੇ ਬਾਪੂ ਬੱਚੇ, ਛੋਟੇ ਬੱਚੇ ਨੇ ਗੱਲ ਕੀਤੀ ਹੈ ਨਾ, ਡਰਾ ਮਨ ਦੇ ਵਿੱਚ ਕਿਤੇ ਨਾ ਘਰਾਂ ਦੇ ਵਿੱਚ ਵੀ ਗੱਲਬਾਤ ਹੁੰਦੀ ਹੋਊ ਵੀ ਪੁੱਤ ਯਾਰ ਕੀ ਹਾਲਾਤ ਹੈ ਪੰਜਾਬ ਦੇ ਵਿੱਚ, ਤੁਹਾਨੂੰ ਬਾਹਰ ਤੋਰਾਂਗੇ। ਜਿਵੇਂ ਉਹ ਬੱਚੇ ਨੇ ਕਿਹਾ, ਬੜੀ ਵੱਡੀ ਗੱਲ ਕਹੀ ਆ ਉਹਨੇ ਕਿ ਜੇ ਪੰਜਾਬ ਦੇ ਵਿੱਚ ਹਾਲਾਤ ਸਹੀ ਹੋ ਗਏ ਫਿਰ ਤਾਂ ਇੱਥੇ ਰਹਾਂਗੇ, ਨਹੀਂ ਬਾਹਰ ਜਾਵਾਂਗੇ। ਨੌਜਵਾਨ ਪੀੜ੍ਹੀ ਅੱਜ ਪੰਜਾਬ ਛੱਡ ਕੇ ਅਬਰੋਡ ਜਾ ਰਹੀ ਹੈ ਵਿਦੇਸ਼ੀ ਧਰਤੀ 'ਤੇ, ਲੱਗਦਾ ਕਿ ਇਹ ਇੱਕ ਵੱਡਾ ਕਾਰਨ ਆ, ਨਸ਼ੇ ਦਾ ਵੱਡਾ ਇਸ਼ੂ ਹੈ। ਇਹ ਵੱਡਾ ਕਰਕੇ ਹੀ ਇਹ ਸਾਰੇ ਆਪਣਾ ਜੀ ਪਰਿਵਾਰ ਹੀ ਸਾਰੇ ਕਹੀ ਜਾਂਦੇ ਵੀ ਇੱਥੇ ਦਾ ਸਾਰਾ ਖਾਤਮਾ ਹੀ ਹੋਇਆ ਪਿਆ, ਵੀ ਆਪਾਂ ਬੱਚੇ ਨੂੰ ਆਈਲੈਕਸ ਕਰਾਓ, ਕਿਵੇਂ ਕਰਾਓ, ਪੈਸੇ ਲਾ ਕੇ ਬੱਚੇ ਨੂੰ ਇੱਥੋਂ ਕਿਹੜਾ ਬਾਹਰ ਭੇਜੋ ਜੀ। ਹਾਂ, ਇਹੀ ਨਸ਼ੇ ਦਾ ਕਾਰਨ ਹੀ ਹੈ ਜੀ। ਹਾਂ, ਆਪਾਂ ਅੱਗੇ ਗੱਲਬਾਤ ਕਰ ਲੈਂਦੇ ਹਾਂ। ਬਾਈ ਜੀ, ਕੀ ਹਾਲ ਚਾਲ ਹੈ? ਠੀਕ ਹੈ ਜੀ, ਵਧੀਆ। ਕਿੰਨਾ ਕੁ ਫਰਕ ਪਿਆ ਕਮੇਟੀ ਬਣਾਉਣ ਤੋਂ ਬਾਅਦ ਦੇ ਵਿੱਚ? ਕਮੇਟੀ ਬਣਾਉਣ ਤੋਂ ਬਾਅਦ ਪੂਰਾ ਹੀ ਫਰਕ ਪੈ ਗਿਆ ਜੀ ਪਿੰਡ ਦੇ ਵਿੱਚ। ਵਧੀਆ, ਲੋਕ ਵੀ ਸਾਨੂੰ ਦੱਸ ਰਹੇ ਹਾਂ ਵੀ ਹਾਂ ਬਈ ਹੁਣ ਕੁਛ ਸੌਖੇ ਹਾਂ ਅਸੀਂ ਵੀ ਬਾਹਰ ਨਿਕਲਦੇ ਹਾਂ, ਨਹੀਂ ਅੱਗੇ ਤਾਂ ਸਾਡੇ ਆਮ ਹੀ ਤਾਰਾਂ ਤੂਰਾਂ ਵੱਢ ਹੋ ਜਾਂਦੀਆਂ ਜੀ। ਚੋਰੀਆਂ ਹੁੰਦੀਆਂ ਸੀਗੀਆਂ, ਚੋਰੀਆਂ ਦਾ ਵੀ ਫਰਕ ਪੈ ਗਿਆ? ਬਹੁਤ ਜ਼ਿਆਦਾ ਫਰਕ ਪਿਆ ਚੋਰੀਆਂ, ਕਿਉਂਕਿ ਹੁਣ ਕਮੇਟੀ ਬਣਨੇ ਕਰਕੇ ਇਹਨਾਂ ਨੂੰ ਵੀ ਚੋਰਾਂ ਨੂੰ ਵੀ ਡਰ ਪੈ ਗਿਆ, ਕਿਉਂਕਿ 2-4 ਤਾਂ ਅਸੀਂ ਫੜਾਈ ਚੁੱਕੇ ਹਾਂ, ਉਹਨਾਂ ਦਾ ਕਾਰਵਾਈ ਹੋ ਗਈ ਅਤੇ ਨਾਲ ਦੀ ਨਾਲ ਹੁਣ ਸਾਰਿਆਂ ਨੂੰ ਜਿਹੜੇ ਹੈਗੇ ਵੀ ਆ 2-4 ਉਹਨਾਂ ਨੂੰ ਵੀ ਕੰਨ ਹੋਏ ਹੋਏ ਆ ਵੀ ਹੁਣ ਆਪਣੇ 'ਤੇ ਵੀ ਕਾਰਵਾਈ ਪੈ ਜਾਣੀ ਹੈ ਜੇ ਆਪਾਂ ਨਾ ਹਟੇ। ਇਸ ਕਰਕੇ ਬਹੁਤ ਜ਼ਿਆਦਾ ਸਾਡੇ ਪਿੰਡ ਦਾ ਸੁਧਾਰ ਹੋ ਚੁੱਕਿਆ ਜੀ, ਅਤੇ ਬਾਕੀ ਹੋ ਜੂਗਾ ਕਿਉਂਕਿ ਅਸੀਂ ਲੱਗੇ ਹੋਏ ਹਾਂ, ਕੁਛ ਨਾ ਕੁਛ ਕਰਕੇ ਹੀ ਹਟਾਂਗੇ। ਜੇ ਸਾਨੂੰ ਕੁਛ ਹੋ ਵੀ ਗਿਆ ਤਾਂ ਸਾਡੇ ਪਿੱਛੇ ਬੂਟੇ ਹੈਗੇ ਜਿਹੜੇ ਅਸੀਂ ਲਾਈ ਜਾਂਦੇ ਹਾਂ ਉਹ ਵੀ ਨਾਲ ਦੀ ਨਾਲ ਉੱਠਣਗੇ। ਤਾਂ ਨਹੀਂ ਕਿਤੇ ਮਨ ਦੇ ਵਿੱਚ ਕਿ ਯਾਰ ਢਿੱਲਮਾ ਖੁਰਦ ਮੁੰਡਾ ਗੋਲੀ ਮਾਰ ਕੇ ਮਾਰਦਾ, ਕੱਲ੍ਹ ਸਾਡੇ ਨਾਲ ਕਿਤੇ ਇਹ ਵਾਰਦਾਤ ਹੋ ਜੇ? ਨਹੀਂ, ਮਰਨਾ ਹੀ ਹੈ, ਯੋਧੇ ਮਰਦੇ ਆਏ ਆ, ਜਾਂ ਹੁਣ ਪਿੰਡ ਨੂੰ ਬਚਾਉਣਾ ਜਾਂ ਸਮਾਜ ਨੂੰ ਬਚਾਉਣਾ ਤਾਂ ਯੋਧੇ ਤਾਂ ਫਿਰ ਬਣਨਾ ਹੀ ਪੈਣਾ ਜੀ, ਕਿਉਂਕਿ ਮਰਨ ਦਾ ਕੋਈ ਡਰ ਨਹੀਂ, ਊਂ ਵੀ ਮਰੀ ਜਾਵਾਂਗੇ ਕੀ ਪਤਾ ਕਦੋਂ ਮੌਤ ਹੋ ਜਾਣੀ ਹੈ। ਜੇ ਗੋਲੀ ਵੱਜ ਕੇ ਹੁੰਦੀ ਹੈ ਤਾਂ ਵਧੀਆ ਇਤਿਹਾਸ 'ਚ ਲਿਖੇ ਜਾਵਾਂਗੇ।